ਪੰਜਾਬ ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਹੋਏ 55 ਕਰੋੜ 97 ਲੱਖ ਦੇ ਘੁਟਾਲੇ ਸੰਬੰਧੀ ਪੰਜਾਬ ਦੇ ਐਡੀਸ਼ਨਲ ਚੀਫ ਸਕੱਟਰੀ ਵੱਲੋਂ ਇੱਕ ਬੜੀ thorough ਤੋਂ complete ਜਾਂਚ ਰਿਪੋਰਟ ਮੁੱਖ ਮੰਤਰੀ ਦੇ ਦਫ਼ਤਰ ਭੇਜੀ ਗਈ ਹੈ ਤੇ ਮੁੱਖ ਮੰਤਰੀ ਜੀ ਵੱਲੋਂ ਵੈਲਫੇਅਰ ਮੰਤਰੀ ਦੇ ਉੱਤੇ ਕਾਰਵਾਈ ਕਰਨ ਦੀ بجائے ਕਿਉਂਕਿ ਉਹਨਾਂ ਦੀ ਸ਼ਮੂਲੀਅਤ ਬੜੇ ਸ਼ਰਯਾਂ ਮਾਬਤ ਹੋ ਰਹੀ ਹੈ ਬੜੀ ਕਲੀਅਰ ਕੱਟ ਹੈ ਕਿ ਉਹਨਾਂ ਦੀ شمولیت انہاں دی اشیرباد دے نالے بہت بڑا ਘਟਾਲا جیڑا پنجاب وچ ہویا جیہڑے کرکے دردت ਵਿਦਿਆਰਥੀਆਂ ਦਾ ਭੁਖ ਜਿਹੜਾ ਉਹ ਕਤਲ ਹੋ ਗਿਆ تے ਮੁੱਖ ਮੰਤਰੀ ਜੀ ਨੇ کاروائی ਕਰਨ ਦੀ بجائے ਮੰਤਰੀ ਦਾ ਅਸਤੀਫਾ ਲੈਣ ਦੀ بجائے ایک ਅਫਸਰ ਦੀ ਇਨਕੁਆਰੀ ਦੇ ਉੱਤੇ ਇੱਕ ਹੋਰ ਅਫਸਰ ਦੀ ਇਨਕੁਆਰੀ ਲਾਤੀ ਹੈ ਮੁੱਖ ਮੰਤਰੀ ਜੀ ਇੱਕ ਮੰਤਰੀ ਜਦੋਂ ਅਹੁਦੇ ਤੇ ਬਿਰਾਜਮਾਨ ਆ ਤੇ ਇੱਕ ਅਫਸਰ ਉਹਨਾਂ ਦੇ ਖਿਲਾਫ ਕਿੱਦਾਂ ਜਾਂਚ ਕਰੇਗਾ ਦੂਜਾ ਇਕਵਲਸ ਲਗਭਗ ਇਕਵਲ ਸਟੇਟਸ ਦੇ ਅਧਿਕਾਰੀ ਵੱਲੋਂ ਪਹਿਲਾਂ ਇਨਕੁਆਇਰੀ ਕੀਤੀ ਗਈ ਹੈ ਔਰ ਵੈਲਫੇਅਰ ਮੰਤਰੀ ਜੀ ਨੂੰ ਤਾਂ ਹੋਰ ਅਧਿਕਾਰੀਆਂ ਨੂੰ ਇਸ ਫਰਾਡ ਦਾ ਇਸ ਕਪਲੇ ਦਾ ਜ਼ਿੰਮੇਵਾਰ ਠਹਿਰਾਇਆ ਗਿਆ ਤੇ ਤੁਸੀਂ ਇਹਦੀ ਇਨਕੁਆਇਰੀ ਸੀਬੀਆਈ ਨੂੰ ਕਿਉਂ ਨਹੀਂ ਦਿੰਦੇ ਕੀ ਤੁਹਾਨੂੰ ਮਜਬੂਰੀ ਹੈ ਤੇ ਕੀ ਤੁਹਾਨੂੰ ਮਜਬੂਰੀ ਹੈ ਤੁਸੀਂ ਇਹਦੀ ਜਾਂਚ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਕੋ ਕਿਉਂ ਨਹੀਂ ਕਰਾਉਂਦੇ ਤੇ ਅਸੀਂ ਇਹਦੀ ਡਿਮਾਂਡ ਕਰਦੇ ਹਾਂ ਕਿ ਇਹਦੀ ਜਾਂਚ ਸੀਬੀਆਈ ਕੋ ਕਰਾਓ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਹੀ ਮੁੱਖ ਮੰਤਰੀ ਜੀ ਪਤਾ ਹੈ ਕਿ ਪਹਿਲਾਂ ਵੀ ਬਹੁਤ ਸਾਰੇ ਘਪਲੇ ਪੰਜਾਬ 'ਚ ਹੋਏ ਚਾਹੇ ਉਹ ਬੀਜ ਘਟਾਲਾ ਹੋਵੇ ਚਾਹੇ ਜ਼ਹਿਰੀਲੀ ਸ਼ਰਾਬ ਨਾਲ ਇੰਨੇ ਲੋਕ ਮਰ ਗਏ ਪੰਜਾਬ 'ਚ ਚਾਹੇ ਉਹ ਬਿਲਡਿੰਗ ਘਟਾਲਾ ਹੋਵੇ ਚਾਹੇ ਉਹ ਮਾਈਨਿੰਗ ਦਾ ਰੇਤਾ ਦਾ ਘਟਾਲਾ ਹੋਵੇ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਸਾਰੀਆਂ ਜਾਂਚ ਰਿਪੋਰਟਾਂ ਠੰਡੇ ਬੇ